पंजाब विच नौजवानों वालों विदेश जाने की होड़ लगी हुई है और इस दे चलदे इन्हां भोले भाले नौजवानों नूं कई लोग अपनी ठगी का शिकार भी बना लैंदे ने। ताज़ा मामला सामने आया अमृतसर तो, जिथे कि एक सरबजीत सिंह सैमी नामक ट्रैवल एजेंट वालों कुछ लोगों तो करोड़ों रुपए की ठगी मार के फरार हो गया और पीड़ित नौजवानों वालों ठग ट्रैवल एजेंट के घर के बाहर तंबू लगा के पक्का धरना लगा दिता गया। नौजवानों का कहना है कि वह पंजाब के वख-वख हिस्सों तो आए हैं और वह इस ट्रैवल एजेंट की ठगी का शिकार हुए हैं। जानकारी मुताबिक ठगी का शिकार हुए इन नौजवानों तो ठगी गई कुल रकम करोड़ों में बनती है। ट्रैवल एजेंट ने ना तो इन्हों का काम करवाया ना ही इन्हों के पैसे वापस किए, जिस तो बाद मजबूरन इन्हां लोकां दे वल्लों उक्त ट्रैवल एजेंट दे घर दे बाहर पक्का धरना लगा दिता गया। नौजवानों का कहना है कि जां तां ओह पैसे वापस लैके जाणगे जां फिर इत्थे ही धरना देंदे रहणगे। दूजे पासे पिंड दे सरपंच ने उक्त ट्रैवल एजेंट दे परिवार नाल भी गलबात करके नौजवानों नूं विश्वास दवाया कि जल्द ही उन्हां दे पैसे वापस करवा दिते जाणगे, लेकिन नौजवानों का कहना है कि जिन्नी देर तक पैसे नहीं मिलते उन्नी देर तक ओह ट्रैवल एजेंट दे घर दे बाहर ही बैठे रहणगे। ਬਿਕਰਮਜੀਤ ਸਿੰਘ ਬਿਕਰਮ ਜੀ ਕਿੱਥੇ ਦੇ ਰਹਿਣ ਵਾਲੇ ਹੋ ਤਰਨਤਾਰਨ ਰੋਡ ਅੰਮ੍ਰਿਤਸਰ ਦਾ ਅੱਜ ਇੱਥੇ ਬੈਠੇ ਹੋ ਪ੍ਰੋਟੈਸਟ ਤੇ ਕੀ ਕਾਰਨ ਕੀ ਇੱਥੇ ਪ੍ਰੋਟੈਸਟ ਤੇ ਬੈਠੇ ਇੱਕ ਠੱਗ ਸਰਬਜੀਤ ਸਿੰਘ ਏਜੰਟ ਸੀ ਉਹਨੇ ਮੈਨੂੰ ਵਰਕ ਪਰਮਿਟ ਦੇ ਲਈ ਮੇਰੇ ਕੋ 8 ਲੱਖ ਰੁਪਏ ਲੈ ਕੇ ਤੇ ਉਸ ਤੋਂ ਬਾਅਦ ਨਾ ਤੇ ਬਾਹਰ ਭੇਜਿਆ ਤੇ ਨਾ ਹੀ ਪੈਸੇ ਮੋੜੇ ਤੇ ਉਸ ਤੋਂ ਬਾਅਦ ਇੱਕ ਗੱਡੀ ਜੋ ਕਹਿੰਦਾ ਸੀ ਕਿ ਮੇਰੀ ਆ ਤੇ ਲੈ ਜਾ ਮੈਂ ਪੈਸੇ ਜਦੋਂ ਦਵਾਂਗਾ ਲੈ ਜਾਊਂਗਾ ਉਹ ਵੀ ਚੋਰੀ ਦੀ ਨਿਕਲ ਆਈ ਤੇ ਉਸ ਤੋਂ ਬਾਅਦ ਕੁਝ ਵੀ ਨਹੀਂ ਜੀ ਹੁਣ ਚੈੱਕ ਹੈਗੇ ਉਹਦੇ ਪੈ ਜੀ ਤੇ ਉਹ ਕਦੀ ਘਰ ਦੇ ਕਹਿੰਦਾ ਮੇਰੇ ਮਾਂ ਪਿਓ ਦੇਣਗੇ ਮਾਂ ਪਿਓ ਕੋ ਆਏ ਮਾਂ ਪਿਓ ਕਹਿੰਦੇ ਅਸੀਂ ਬੇਦਖਲ ਕੀਤਾ ਤੇ ਹੁਣ ਤਾਂ ਕਰਕੇ ਮਜਬੂਰਨ ਸਾਨੂੰ ਇੱਥੇ ਬਹਿਣਾ ਪਿਆ ਜੀ। ਕਿੰਨੇ ਕੁ ਲੋਕ ਨੇ ਜਿੰਨਾ ਜਿਹੜੇ ਠੱਗੀ ਦੇ ਸ਼ਿਕਾਰ ਹੋਏ ਨੇ? ਆ 5-6 ਵੀਰ ਤੇ ਮੇਰੇ ਨਾਲ ਹੀ ਆ ਜਿਨ੍ਹਾਂ ਦੇ ਪੈਸੇ ਵੱਖ-ਵੱਖ ਮੈਨੂੰ ਇੱਥੇ ਆਇਆ ਪਤਾ ਲੱਗਾ ਜੀ ਤੇ ਬਾਕੀ ਇਸ ਤੋਂ ਇਲਾਵਾ ਹੋਰ ਕਾਫੀ ਆ ਦੱਸਦੇ ਪਿੰਡ ਵਾਲੇ ਵੀ ਕਾਫੀ ਬਹੁਤ ਜ਼ਿਆਦਾ ਵਾ ਕਰੋੜਾਂ ਚ ਹੋਊਗਾ। ਅਮਾਊਂਟ ਕਿੰਨੀ ਕੁ ਹੋ ਸਕਦੀ? 5 ਕਰੋੜ ਹਾਂ ਹੋ ਸਕਦੀ, 6-7 ਕਰੋੜ ਹੋ ਸਕਦੀ। ਤੇ ਕੋਈ ਪੁਲਿਸ ਨੂੰ ਤੁਸੀਂ ਦਿੱਤੀ FIR? ਕਮਿਸ਼ਨਰ ਸਾਹਿਬ ਦੇ ਪੇਸ਼ ਹੋਇਆ ਸੀ ਅੱਜ ਤੋਂ 10 ਦਿਨ ਪਹਿਲਾਂ ਤੇ ਉਹਦੀ ਉਹਨਾਂ ਨੇ ਇਨਕੁਆਇਰੀ ਥਾਣਾ ਛਿਆਟਾ ਲਾਈ ਆ ਜੀ। ਉੱਥੇ ਮੈਂ ਗਿਆ ਸੀ ਉਹ ਕਹਿੰਦੇ ਮੈਂ ਇਨਕੁਆਇਰੀ ਕਰਨ ਡਿਆ ਜੀ, ਹੁਣ ਦੇਖੋ ਅੱਗੇ ਚੈੱਕ ਵੀ ਲਾਏ ਹੋਏ ਆ ਜੀ। ਤੇ ਪ੍ਰੋਟੈਸਟ ਹੋਣੇ ਤੇ ਜਾਰੀ ਰਹੇਗਾ ਜਿੰਨੇ ਚਿਰ? ਹਾਂ ਹਾਂ ਬਿਲਕੁਲ ਬਿਲਕੁਲ, ਅਸੀਂ ਇੱਥੇ ਨਹੀਂ ਤੇ ਖੁਦਕੁਸ਼ੀ ਕਰਾਂਗੇ ਜੇ ਨਾ ਸਾਡੇ ਪੈਸੇ ਮੁੰਨਣਗੇ ਜੀ, ਇੱਥੇ ਹੀ ਅਸੀਂ ਬਵਾਂਗੇ ਜਿੰਨਾ ਚਿਰ ਤੱਕ ਸਾਡੇ ਪੈਸੇ ਨਹੀਂ ਦਿੰਦਾ ਜੀ। ਹਾਂਜੀ ਮਿਹਰਬਾਨੀ। ਪੁਲਿਸ ਦਾ ਕੀ ਕਹਿਣਾ? ਪੁਲਿਸ ਦਾ ਇਹੀ ਨੇ ਇਨਕੁਆਇਰੀ ਚੱਲ ਰਹੀ ਆ ਜੀ, ਬਸ ਹੋਰ ਕੁਝ ਵੀ ਨਹੀਂ। ਪੁਲਿਸ ਨੇ ਕਿਹਾ ਜੀ ਫਰਾਰ ਆ ਜੀ, ਲੱਭ ਰਹੇ ਆ, ਇਹੋ ਕਹੀ ਜਾਂਦੇ ਜੀ ਜਦੋਂ ਜਾਈਦਾ। ਤਾਂ ਹੁਣ ਤੁਸੀਂ ਉਹਨਾਂ ਦੇ ਘਰਦਿਆਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਜੀ? ਅਸੀਂ ਇਹੀ ਉਹਨਾਂ ਦਾ ਰਾਹ ਰੋਕਿਆ ਜੀ, ਬਾਕੀ ਵੇਖੋ ਉਹ ਕਹੀ ਜਾਂਦੇ ਬੇਦਖਲ ਬੇਦਖਲ ਆ ਜੀ, ਉਹ ਆਖੀ ਜਾਂਦਾ ਮੇਰੇ ਮਾਂ ਪਿਓ ਘਰ ਬੈਠੇ ਹੋ ਤੁਹਾਨੂੰ ਭਾਵੇਂ ਜਿੱਦਾਂ ਮਰਜ਼ੀ ਦੇਣਗੇ ਇਹ ਕਰਨਗੇ ਉਹ ਕਰਨਗੇ ਜੀ, ਆਪ ਫਰਾਰ ਆ ਜੀ, ਹੁਣ ਸਮਝ ਨਹੀਂ ਲੱਗਦੀ ਕੁਛ ਵੀ। ਨਾ ਜੀ ਨਾ, ਕਦੀ ਕਦੀ ਆ ਮੈਸੇਜ ਮੂਸੇ ਮਾੜਾ ਮੋਟਾ ਕਰ ਦੂਗਾ, ਝੂਠੇ ਲਾਰੇ ਲੂਰੇ ਲਾਦਾ, ਔਰ ਗੱਲਬਾਤ ਕੋਈ ਨਹੀਂ ਕਦੀ ਹੋਈ ਜੀ ਸਾਡੀ। ਹਰਭਜਨ ਸਿੰਘ ਸਾਹਿਬ ਜੀ ਕਿੱਥੇ ਰਹਿਣ ਵਾਲੇ? ਨੂਰਪੁਰ ਦਾ ਰਹਿਣ ਵਾਲਾ। ਤੁਹਾਡੇ ਕਿੰਨੇ ਕੁ ਪੈਸੇ ਆ ਜਿਹੜੇ ਤੁਸੀਂ ਇਹਨਾਂ ਕੋ ਲੈਣੇ ਆ? ਉਹ ਕੀ ਨਾਮ ਹੈ ਭਾਜੀ? ਮੇਰਾ 18 ਲੱਖ ਰੁਪਈਆ ਜੀ। ਕਿੱਥੇ ਦਾ ਵੀਜ਼ਾ ਲਾਉਣ ਦੀ ਗੱਲ ਕੀਤੀ ਗਈ ਸੀ ਭਾਜੀ? ਇਹਨਾਂ ਕੈਨੇਡਾ ਦਾ ਕਿਹਾ ਸੀ? ਹਾਂਜੀ ਕੈਨੇਡਾ ਦਾ ਕਿਹਾ ਸੀ ਤੇ ਬਾਅਦ ਚ ਮੁੜ ਕੇ ਜਦੋਂ ਇਹਨੇ ਨਕਲੀ ਵੀਜ਼ੇ ਦਿੱਤੇ ਸਾਰਾ ਕੁਝ ਐਰਾ ਵਗੈਰਾ ਦਿੱਤਾ ਵਾ ਤੇ ਬਾਅਦ ਚ ਇਹਨੇ ਸਾਨੂੰ ਗੱਡੀਆਂ ਗਹਿਣੇ ਪਾਤੀਆਂ, ਉਹ ਵੀ ਗੱਡੀਆਂ ਸਾਨੂੰ ਪਤਾ ਲੱਗਾ ਵੀ ਰੈਂਟ 'ਤੇ ਲਿਆਂਦੀਆਂ, ਉਹਨਾਂ ਦੇ GPS ਲੱਗੇ ਅਗਲੇ ਆਣ ਕੇ ਆਪਣੀਆਂ ਗੱਡੀਆਂ ਲੈ ਗਏ। ਅਸੀਂ ਕਿਉਂਕਿ ਪਰਚੇ ਤੋਂ ਡਰਦੇ ਹਾਂ ਵੀ ਕੋਈ ਸਾਡੇ 'ਤੇ ਕੋਈ ਉਲਟ ਕਾਰਵਾਈ ਨਾ ਹੋਵੇ, ਅਸੀਂ ਆਪ ਛੱਡ ਗਏ ਉੱਥੇ ਜਾ ਗੱਡੀਆਂ ਉਹਨਾਂ ਦੀਆਂ। ਜਦੋਂ ਸਾਨੂੰ ਪਤਾ ਲੱਗਾ ਜੋ ਉਹਨਾਂ ਨੇ ਕਿ ਪਹਿਲੀ ਗੱਡੀ ਸਾਡੀ ਚੁੱਕੀ ਹੈ। ਕਾਫੀ ਨੌਜਵਾਨ ਨੇ ਇੱਥੇ ਜੇ ਤੁਹਾਡੇ ਨਾਲ ਬੈਠੇ ਨੇ, ਇਹਨਾਂ ਦੇ ਵੀ ਪੈਸੇ ਨੇ? ਹਾਂਜੀ ਹਾਂਜੀ ਬਿਲਕੁਲ, ਆ 3-4 ਵੀਰ ਤੇ ਹੋਰ ਵੀ ਨਾਲ ਨੇ, ਉਹ ਵੀ ਸਾਨੂੰ ਇੱਥੇ ਆਇਆ ਪਤਾ ਲੱਗਾ ਸਾਰਿਆਂ ਨੂੰ। ਤੇ ਹੁਣ ਟੋਟਲ ਅਮਾਊਂਟ ਕਿੰਨੀ ਹੈ ਜਿਹੜੀ ਇਹਨਾਂ ਕੋਲ ਲੈਣ ਵਾਲੀ ਹੈ ਜਿਹੜੀ ਏਜੰਟ? 18 ਲੱਖ ਰੁਪਈਆ ਭਾਜੀ ਮੇਰਾ ਵਾ, 7-8 ਲੱਖ ਰੁਪਈਆ ਉਹ ਭਾਜੀ ਆਖਦੇ ਉਹਨਾਂ ਦਾ ਵਾ, ਬਾਕੀ ਇਹਨਾਂ ਭਾਜੀ ਹੋਣਾਂ ਦੇ ਆ। 5 ਲੱਖ ਰੁਪਈਆ ਇਹਨਾਂ ਭਾਜੀ ਹੋਣਾਂ ਦਾ ਵਾ, ਉਹਦਾ ਵੀਰ ਦਾ ਵੀ ਆ, ਇੱਕ ਇਹਨਾਂ ਵੀਰਾਂ ਦੇ ਵੀ ਆ, ਬਾਕੀ ਹੋਰ ਵੀ ਇੱਥੇ ਬੜੇ ਜਾਣੇ ਹੋ ਕੇ ਗਏ ਨੇ ਜਿਨ੍ਹਾਂ ਦੇ ਕੋਈ ਦੱਸਦਾ ਮੇਰਾ 44 ਲੱਖ ਆ, ਕੋਈ ਕਹਿੰਦਾ ਮੇਰਾ 60 ਲੱਖ ਆ, ਕੋਈ ਕਹਿੰਦਾ ਮੇਰਾ 25 ਲੱਖ ਆ। ਯਾਨੀ ਕਿ ਜਿੰਨੇ ਕੁ ਸਾਨੂੰ ਇੱਥੇ ਸਵੇਰ ਦੇ ਮਿਲੇ ਜਦੋਂ ਦੇ ਅਸੀਂ ਬੈਠੇ ਆ, ਕੋਈ ਮੇਰੇ ਹਿਸਾਬ ਨਾਲ 5-6 ਕਰੋੜ ਰੁਪਈਆ ਹੋਣਾ। ਤੇ ਹੁਣ ਤੁਸੀਂ ਲਗਾਤਾਰ ਇੱਥੇ ਬੈਠੋਗੇ, ਇੰਨਾ ਮੱਛਰ ਆ ਇੰਨਾ? ਬੈਠਾਂਗੇ ਭਾਜੀ ਬੈਠਾਂਗੇ, ਸਾਨੂੰ ਘਰ ਦੇ ਘਰ ਨਹੀਂ ਵੜਨ ਦੇ, ਕਹਿੰਦੇ ਵੀ ਪੈਸੇ ਲਿਖੇ ਆਓ ਜਿੱਥੇ ਤੁਸੀਂ ਦਿੱਤੇ ਸੀ। ਤੇ ਪੁਲਿਸ ਨੂੰ ਵੀ ਕੰਪਲੇਂਟ ਕੀਤੀ? ਪੁਲਿਸ ਨੂੰ ਕੰਪਲੇਂਟ ਕੀਤੀ ਆ, ਪੁਲਿਸ ਕਾਰਵਾਈ ਕਰ ਰਹੀ ਆ ਤੇ ਬਾਕੀ ਇਹ ਕੀ ਭਗੌੜਾ ਵਾ। ਹਾਂਜੀ ਇੱਥੇ ਪਰਚੇ ਪੁਰਚੇ ਬਹੁਤ ਨੇ, ਸਰਪੰਚ ਸਾਹਿਬ ਨਾਲ ਗੱਲ ਹੋਈ ਸੀ, ਸਰਪੰਚ ਸਾਹਿਬ ਸਾਨੂੰ ਕਹਿੰਦੇ ਵੀ ਚਲੋ ਵੀ ਧਰਨਾ ਨਾ ਲਓ, ਆਪਣਾ ਪ੍ਰੋਟੈਸਟ ਨਾ ਕਰੋ, ਨਹੀਂ ਚੰਗੇ ਲੱਗੀ ਦਾ ਪਿੰਡ ਦਾ ਮਾਮਲਾ ਵਾ। ਉਹ ਹੁਣ ਗਏ ਨੇ ਗੱਲ ਕਰਨ ਦੇ ਨੇ ਅੰਦਰ, ਸੋਮਵਾਰ ਦਾ ਟਾਈਮ ਮੰਗਣ ਦੇ ਨੇ। ਅਸੀਂ ਕਿਹਾ ਵੀ ਨਹੀਂ ਅਸੀਂ ਸੋਮਵਾਰ ਤੱਕ ਨਹੀਂ ਵੀ ਟਾਈਮ ਦੇ ਸਕਦੇ, ਸਾਨੂੰ ਕੋਈ ਨਾ ਕੋਈ ਹੱਲ ਦੱਸੋ, ਜਾਂ ਸਰਪੰਚ ਸਾਹਿਬ ਨੂੰ ਅਸੀਂ ਕਿਹਾ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਚੁੱਕੋ, ਅਸੀਂ ਹੁਣੇ ਚੱਲ ਜਾਂਦੇ ਹਾਂ, ਠੀਕ ਹੈ ਨਾ। ਉਹਨਾਂ ਦੇ ਨਾਲ ਗੱਲ ਹੋ ਰਹੀ ਹੈ ਫੋਨ 'ਤੇ ਉਹਦੀ ਅੰਦਰ, ਇਹਦਾ ਮਾਂ ਪਿਓ ਕਹਿੰਦਾ ਅਸੀਂ ਬੇਦਖਲ ਕੀਤਾ, ਕੋਈ ਬੇਦਖਲ ਨਹੀਂ ਹੈ ਭਾਜੀ, ਇਹ ਸਿਰਫ ਇੱਕ ਨਾ ਫਾਰਮੈਲਿਟੀਆਂ ਨਾ ਕੀਤੀਆਂ ਬੇਦਖਲੀ ਦੀਆਂ, ਹੋਰ ਕੁਛ ਨਹੀਂ ਜੇ ਭਾਜੀ, ਇੱਥੇ ਹੀ ਆਉਂਦਾ ਵਾ, ਇੱਥੇ ਹੀ ਸਾਰਾ ਕੁਛ ਰਹਿੰਦਾ ਵਾ ਉਹ, ਤੇ ਉਹਦੇ ਸਹੁਰੇ ਸਹੁਰੇ ਮਿਲਦੇ ਨੇ ਸਭ, ਸਾਰੇ ਸਾਰੇ ਮਿਲਦੇ, ਤਾਂ ਸਾਂਢੂ ਵੀ ਉਹਦਾ ਵੀ ਰੋਲ ਮੇਨ ਵਿੱਚ। ਹਾਂਜੀ ਤੇ
ਹੁਣ ਵੀ ਉਹਦੀ ਫੋਨ ਤੇ ਅੰਦਰ ਗੱਲ ਹੋ ਰਹੀ ਹੈ ਉਹਦੀ ਮਾਂ ਅਸੀਂ ਗਏ ਹਾਂ ਦੀ ਵੀ ਅਸੀਂ ਤੇ ਬੇਦਖਲ ਕੀਤਾ ਜਾਂ ਕੁਛ ਆ ਤੇ ਫਿਰ ਗੱਲ ਕਿੱਦਾਂ ਕਰਨ ਦੀ ਉਹਦੇ ਨਾਲ ਫੋਨ ਤੇ ਦੱਸੋ ਟੋਟਲ ਫਿਰ ਉਹ ਜ਼ਿੰਮੇਵਾਰੀ ਕਿੱਦਾਂ ਚੁੱਕਣ ਦਿਆ ਹੁਣ ਸਰਪੰਚ ਕਿੱਦਾਂ ਆਣ ਕੇ ਗੱਲ ਕਰਨ ਦਿਆ ਟੋਟਲ 7 ਕਰੋੜ ਰੁਪਏ ਤੁਹਾਡੇ ਖਾਣਾ ਹਾਂ ਹੋਣਾ ਹੀ ਆ ਜਿੰਨੇ ਕਾਣ ਕੇ ਵਿਚਾਰੇ ਦੁਖੀ ਹੋਰ ਵੀ ਸਾਡੇ ਤੋਂ ਤੇ ਤਾਂ ਤਾਂ ਨੇ ਪਰ ਇਹ ਹੈ ਕਿ ਚਲੋ ਸਾਡੇ ਵਾਸਤੇ ਹੀ ਬੜਾ ਕੁਛ ਕੀ ਨਾਮ ਜੀ ਆਪਣਾ ਆਪਣਾ ਹਰਜੀਤ ਸਿੰਘ ਜੀ ਹਰਜੀਤ ਸਿੰਘ ਜੀ ਅੱਜ ਤੁਸੀਂ ਗੱਲਬਾਤ ਕਰਕੇ ਆਏ ਕੀ ਆਸ਼ਵਾਸਨ ਦਿੱਤਾ ਉਹਨਾਂ ਨੇ ਗੱਲ ਇਹ ਵੀਰੇ ਵੀ ਮੇਰਾ ਵੀਰ ਆਏ ਆ ਇੱਥੇ ਮੈਂ ਪਹੁੰਚਿਆ ਜੋ ਆਣ ਕੇ ਵੇਖਿਆ ਵੀ ਆਪਣਾ ਟੈਂਟ ਲਾਉਣ ਦੇ ਜੋ ਵੀ ਦੁਖੀ ਆ ਠੀਕ ਹੈ ਨਾ ਗੱਲ ਤੇ ਮੈਂ ਘਰ ਵੀ ਗਿਆ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਆ ਵੀ ਜੋ ਬਣਦਾ ਇਹਨਾਂ ਦਾ ਸਾਨੂੰ ਟਾਈਮ ਦਿੱਤਾ ਜਾਵੇ ਇੱਕ ਮੌਕਾ ਨਾਲ ਲਿਆ ਮੇਰੇ ਕੋਲ ਸੋਮਵਾਰ ਤੱਕ ਵੀ ਅਸੀਂ ਵੇਖ ਕੇ ਨਾਲ ਨਿਬੇੜਾਂਗੇ ਜੇ ਨਹੀਂ ਨਿਬੜਦਾ ਤਾਂ ਉਹ ਵੇਖੋ ਅਗਲਾ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਅਤੇ ਦੁੱਖ ਇਹਨਾਂ ਦਾ ਮੈਂ ਸੁਣਦਾ ਦੁੱਖ ਜੇ ਮੈਂ ਉੱਧਰ ਜਾਣਾ ਉੱਧਰ ਬੀਬੀਆਂ ਰੋਂਦੀਆਂ ਅਸੀਂ ਵੀ ਬੜੇ ਦੁਖੀ ਹਾਂ ਅਤੇ ਇਹ ਅੰਦਰ ਸਾਡੇ ਬੀਬੀਆਂ ਬੜੀ ਦੁਖੀ ਆ ਦੁਖੀ ਦੋਵੇਂ ਘਰ ਹੀ ਆ ਅਤੇ ਜਿਸ ਬੰਦੇ ਨੇ ਕੰਮ ਕੀਤਾ ਉਹਦੇ ਬੰਦੇ ਨੂੰ ਮੱਥੇ ਲੱਗੇ ਆਪਣੇ ਗੱਲ ਦੱਸੇ ਸਾਨੂੰ ਬਾਤ ਦੱਸੇ ਵੀ ਆਹ ਗੱਲਬਾਤ ਆ ਹੁਣ ਸੋਮਵਾਰ ਦਾ ਮੈਂ ਟਾਈਮ ਲਿਆ ਆ ਸੋਮਵਾਰ ਵੇਖ ਕੇ ਇਹਨਾਂ ਦੀ ਗੱਲਬਾਤ ਕਰਾਂਗੇ ਜੋ ਵੀ ਜਿੱਦਾਂ ਵੀ ਨਿਬੜੂਗਾ ਉਹ ਨਿਬੜਾਂਗੇ ਬਿਲਕੁਲ ਜੀ ਜੇ ਦੁੱਖ ਆ ਤੇ ਆਣ ਕੇ ਇੱਥੋਂ ਮੱਛਰ 'ਚ ਬੈਠੇ ਆ ਮੈਂ ਕਿਉਂ ਨਹੀਂ ਬਹਿ ਗਿਆ ਇੱਥੇ ਹਾਂ ਸੋਮਵਾਰ ਦਾ ਟਾਈਮ ਦਿੱਤਾ ਬਹਿਕੇ ਆਪਾਂ ਕਰਦੇ ਹਾਂ ਥਾਣੇਦਾਰੀ ਇੱਕ ਉਹਦੇ ਨਾਲ ਧੱਕਾ ਹੋਇਆ ਇੱਥੇ ਸੋਮਵਾਰ ਦਾ ਟਾਈਮ ਲਿਆ ਉਹਨੇ ਕਿ ਆਪਾਂ ਬਹਿਕੇ ਨਿਬੇੜ ਦਿੰਦੇ ਹਾਂ ਜੇ ਨਹੀਂ ਨਿਬੜਦਾ ਅਗਲੇ ਦੀ ਵੇਖੋ ਫਿਰ ਤੁਹਾਨੂੰ ਪਤਾ ਜੀ ਥਾਣੇ ਕਚਹਿਰੀ ਕਾਹਦੇ ਵਾਸਤੇ ਬਣੇ ਆ ਨਿਆਂ ਵਾਸਤੇ ਬਣੇ ਆ ਨਾ ਮਿਲੂਗਾ ਤੁਸੀਂ ਨਾਲ ਤੇ ਸਾਥ ਦਿਓ ਹਾਂ ਨਾਲ ਬਿਊਰੋ ਰਿਪੋਰਟ ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।